वीर दे हंजू नहीं रुक रहे। सवेर तो ही यही हाल है, यही आलम है। एक मौसम खराब है, उत्तों ये माड़ा काम हो गया। अखा चो हंजू बार बार टपक रहे हैं। भाई सानू हमदर्दी है थोड़े नाल। उत्ते सुत्ता पिया सी जी, वो जिहड़ी तीन बकरियां थले रह गई, बाकी एक बकरी उन्हें हाथों छुट गई, पता नहीं किदा वो सड़क के रोड से आके दूजे पता नहीं दवाई पाई की पाया उन्होंने मैनु गरवाड़ी उदा एक आवाज उड़ जाती है। मैं हाथ जाके उन्होंने खिलाया, हाथ जाके उठी। अठ बकरियां है, चार बकरे सी, चार बकरी सी। नहीं आवाज भी नहीं आई माड़ी भी, आवाज भी माड़ी नहीं आई भाजी। असि गरीब बंदे नु मारन नु काय कदे जान देंगे, ये दसो। असि मसे ही ये जोड़ जोड़ के असि कीती सीगे, साढ़े चार चार न्याने है। किन्ने क दियां होणियां अठ बकरियां? आठ बकरी तुसी लगा लो, 25,000 दा मैं एक बकरी लई सीगे, पूरा भी नहीं हुआ 25,000। मार भी दर सकदे सी कि ओ किहड़े इक तो होणे, चार पांच तो होणे ही है। हथियार तां कोल होणे आ, हथियार गड्डी पता है बड़े टायरां दी है, मोटी गड्डी दे टायर भी लगे आ, क्योंकि छोटी गड्डी दे उत्ते टायर भी नहीं लगे आ, बड़ी गड्डियां दे लगे टायर। ਦੱਸਦਾ 35,000 ਦੀ ਇੱਕ ਹੈ, ਕੋਈ 35,000 ਦੀ ਵੀ ਹੈ, ਕੋਈ 40 ਦੀ ਵੀ ਹੈ, ਕੋਈ 20,000 ਦੀ ਵੀ ਹੈ, ਕੋਈ 30,000 ਦੀ ਵੀ ਹੈ, ਵਿੱਚ ਸਾਰੀਆਂ ਹੈਗੀਆਂ ਉਹਦੇ ਵਿੱਚੋਂ। ਤਿੰਨ ਛਿਲਾਰੂ ਹੈਗੇ। ਫਿਰ ਇਹ ਵੇਚਦੇ ਕਿੱਥੇ ਜਿਹੜੇ ਚੋਰ ਚੋਰੀ ਕਰਕੇ ਲੈ ਕੇ ਜਾਂਦੇ? ਉਹ ਤਾਂ ਫਿਰ ਪੁਲਿਸ ਵਾਲੇ ਨੂੰ ਪਤਾ ਹੋਊਗਾ। ਸਾਡੇ ਅਨਸਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਸਿਰਫ ਆਪਣੇ 2 ਮਿੰਟ ਦੇ ਇੰਜੋਇਮੈਂਟ ਲਈ ਮਾੜੇ ਅਨਸਰ ਉਹਨਾਂ ਬੱਕਰੀਆਂ ਨੂੰ ਵੇਚ ਕੇ, ਜ਼ਿਆਦਾਤਰ ਜਿਹੜੇ ਮਾੜੇ ਅਨਸਰ ਹੈ ਨਸ਼ਾ ਹੀ ਕਰਦੇ ਆ, ਆਏ ਦੀਆਂ ਅੱਖਾਂ 'ਚ ਦੇਖ ਲਓ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਔਰ ਫਿਰ ਤੁਹਾਡੇ ਵਰਗੇ ਹੀ ਕਹਿੰਦੇ ਕਿ ਸਾਡੇ ਨਾਲ ਦਾ ਓਵਰ ਡੋਜ਼ ਨਾ ਮਰ ਗਿਆ, ਤਾਂ ਇੱਦਾਂ ਦੀ ਬਾਦੂਆ ਲੱਗਦੀ ਹੈ। ਮਾੜੇ ਅਨਸਰ ਇਸ ਕਰਕੇ ਮਾੜੇ ਹੁੰਦੇ ਨੇ ਕਿਉਂਕਿ ਇਹ ਜ਼ੁਲਮ ਕਰਨ ਲੱਗੇ, ਨਾ ਅਮੀਰ ਦੇਖਦੇ ਨੇ ਨਾ ਗਰੀਬ ਦੇਖਦੇ ਨੇ, ਹਰ ਇੱਕ 'ਤੇ ਕਰਦੇ ਨੇ ਅੱਤਿਆਚਾਰ ਜੀ। ਆ ਸਾਡੇ ਨਾਲ ਇੱਕ ਗਰੀਬ ਪ੍ਰਵਾਸੀ ਮਜ਼ਦੂਰ ਹੈ ਜੋ ਕਹਿੰਦਾ ਕਿ ਮੈਂ ਲੁੱਟਿਆ ਗਿਆ ਕਿਉਂਕਿ ਚੋਰ ਮੇਰਾ ਲੁੱਟ ਕੇ ਲੈ ਗਏ ਨੇ ਰੁਜ਼ਗਾਰ ਜੀ, ਮੇਰਾ ਲੁੱਟ ਕੇ ਲੈ ਗਏ ਨੇ ਰੁਜ਼ਗਾਰ। ਸਤਿ ਸ਼੍ਰੀ ਅਕਾਲ, ਵੀ 32 ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਦਿਨੇਸ਼ਵਰੀ। ਦੋਸਤੋ, ਸਾਡੇ ਨਾਲ ਪਿੰਡ ਪੱਲੀ ਉੱਚੀ ਤੋਂ ਸਾਡੇ ਵੀਰ ਇੱਥੇ ਮੌਜੂਦ ਨੇ, ਬਜ਼ੁਰਗ ਵੀ ਆਏ ਹੋਏ ਨੇ, ਔਰ ਇਹ ਵੀਰ ਦਾ ਨਾਮ ਰਾਮ ਹੈ। ਇਹਦੇ ਨਾਲ ਕੱਲ੍ਹ ਇੱਕ ਧੱਕਾ ਹੋ ਗਿਆ, ਮਾੜੇ ਅਨਸਰਾਂ ਨੇ ਇੱਕ ਭਾਣਾ ਵਰਤਾ ਤਾ ਕਿ ਇਸ ਦੀਆਂ 8 ਬੱਕਰੀਆਂ ਜਿਹੜੀਆਂ ਖੋਲ੍ਹ ਕੇ ਲੈ ਗਏ। ਹਾਲਾਂਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਜਿਹੜਾ ਆ ਉਹ ਪਾਣੀਆਂ ਦੀ ਮਾਰ ਝੱਲ ਰਿਹਾ। ਬਹੁਤ ਅਜਿਹੇ ਲੋਕ ਨੇ ਜਿਨ੍ਹਾਂ ਦੇ ਹੱਥਾਂ ਦੀਆਂ ਲਕੀਰਾਂ ਧੁੰਦਲੀਆਂ ਪੈ ਗਈਆਂ ਇਸ ਪਾਣੀ ਦੀ ਮਾਰ ਵਿੱਚ, ਅਤੇ ਉੱਥੇ ਇਹ ਹੁਣ ਮਾੜੇ ਅਨਸਰਾਂ ਦੀ ਚਪੇਟ ਵਿੱਚ ਆ ਗਿਆ। ਘਰ ਵਿੱਚ ਇਹ, ਇਸ ਦੀ ਘਰਵਾਲੀ ਅਤੇ ਬੱਚੇ ਨੇ। ਹਾਲਾਂਕਿ ਇਹਦੇ ਵਿੱਚ ਇਹ ਗਨੀਮਤ ਰਹੀ ਕਿ ਇਹਨਾਂ ਦੀਆਂ 3-4 ਬੱਕਰੀਆਂ ਬਚ ਗਈਆਂ, ਲੇਕਿਨ ਮੈਂ ਇਹ ਸੋਚਦਾ ਜਿਹੜੇ ਮਾੜੇ ਅਨਸਰ ਇੰਨਾ ਕਰੜਾ ਜਿਹੜਾ ਕਰਕੇ ਜਿਨ੍ਹਾਂ ਦੇ ਇੰਨੇ ਹੌਸਲੇ ਬੁਲੰਦ ਸੀਗੇ ਕਿ ਅਸੀਂ ਇਹਦੇ ਘਰੋਂ ਬੱਕਰੀਆਂ ਲੈ ਕੇ ਜਾਣੀਆਂ, ਕਿਤੇ ਇਹਨੂੰ ਜਾਂ ਇਹਦੇ ਬੱਚਿਆਂ ਨੂੰ ਸੱਟ ਚੋਟ ਨਹੀਂ ਮਾਰ ਗਏ। ਇਸ ਗੱਲ ਦਾ ਸ਼ੁਕਰ ਕਰਦੇ ਕਿਉਂਕਿ ਜਿਹੜਾ ਆਇਆ ਹੀ ਤੱਕ ਕੇ ਹੈ ਕਿ ਮੈਂ ਬਰਬਾਦੀ ਕਰਨੀ ਹੈ, ਉਹ ਬਰਬਾਦੀ ਹੋਰ ਵੀ ਕਰ ਸਕਦੇ, ਪਰ ਇਹਦੇ ਵੀਰ ਦੇ ਹੰਝੂ ਨਹੀਂ ਰੁੱਕ ਰਹੇ। ਸਵੇਰ ਤੋਂ ਹੀ ਇਹੀ ਹਾਲ ਹੈ, ਇਹੀ ਆਲਮ ਹੈ। ਇੱਕ ਮੌਸਮ ਖਰਾਬ ਹੈ, ਉੱਤੋਂ ਇਹਦੇ ਨਾਲ ਮਾੜਾ ਕੰਮ ਹੋ ਗਿਆ, ਅੱਖਾਂ 'ਚੋਂ ਹੰਝੂ ਬਾਰ ਬਾਰ ਟਪਕ ਰਹੇ ਆ। ਬਾਈ ਸਾਨੂੰ ਹਮਦਰਦੀ ਹੈ ਤੁਹਾਡੇ ਨਾਲ, ਕਿਉਂਕਿ ਮੈਂ ਹੁਣੇ ਗੁਰੀ ਨਾਲ ਵੀ ਗੱਲ ਕਰ ਰਿਹਾ ਸੀ। ਗੁਰੀ ਕਹਿੰਦਾ ਕਿ 35,000 ਦੀ ਇੱਕ ਬੱਕਰੀ ਦੱਸ ਰਿਹਾ ਸੀ ਰਾਮ, ਔਰ ਤਕਰੀਬਨ ਜਿਹੜਾ 2,80,000 ਦਾ ਨੁਕਸਾਨ ਜਿਹੜੇ ਮਾੜੇ ਅਨਸਰ ਕਰ ਗਏ ਆ। ਰਾਮ ਜੀ, ਆਪ ਤੁਸੀਂ ਰਾਤ ਨੂੰ ਕਿੱਥੇ ਸੀਗੇ? ਉੱਥੇ ਹੀ ਸੀਗੇ? ਮੈਂ ਉੱਥੇ ਸੁੱਤਾ ਪਿਆ ਸੀ ਜੀ। ਉਹ ਜਿਹੜੀ 3 ਬੱਕਰੀਆਂ ਥੱਲੇ ਰਹਿ ਗਈਆਂ, ਬਾਕੀ ਇੱਕ ਬੱਕਰੀ ਉਹਨਾਂ ਦੇ ਹੱਥੋਂ ਛੁੱਟ ਗਈ, ਪਤਾ ਨਹੀਂ ਕਿੱਦਾਂ ਉਹ ਸੜਕ ਦੇ ਰੋਡ 'ਤੇ ਆ ਕੇ ਦੂਜੇ ਵਗੈਰਾ ਕੋਈ ਨਹੀਂ ਰਾਤ ਨੂੰ, ਪਤਾ ਨਹੀਂ ਦਵਾਈ ਪਾਈ ਕੀ ਪਾਇਆ ਉਹਨਾਂ ਨੇ ਮੈਨੂੰ ਗਰਵਾੜੀ ਉੱਦਾਂ ਇੱਕ ਆਵਾਜ਼ 'ਚ ਉੜ ਜਾਂਦੀ ਹੈ। ਉਹ ਮੈਂ ਹੱਥ ਜਾ ਕੇ ਉਹਨੂੰ ਖਿਲਾਇਆ, ਹੱਥਾਂ ਜਾ ਕੇ ਉੱਠੀ। ਸਾਹਮਣੇ ਆ ਰਹੀ ਹੈ ਕਿ ਉਹਨਾਂ ਨੇ ਅੱਗੇ ਕੋਈ ਸਪਰੇਅ ਵਗੈਰਾ ਕਰਤੀ, ਉਹਨਾਂ ਨੇ ਕੋਈ ਨਸ਼ਾ ਕੀਤਾ, ਪਤਾ ਨਹੀਂ ਕੀਤਾ। ਜੇ ਖੁਦਾ ਨਾ ਖਾਸਤਾ ਮੈਂ ਉੱਠ ਵੀ ਜਾਂਦਾ, ਉਹਨਾਂ ਨੇ ਮਾਰ ਦੇਣਾ ਸੀ ਮੈਨੂੰ ਤਾਂ। ਉੱਠ ਜਾਂਦਾ ਇੱਕ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ ਮਿਸਿਜ਼ ਜਿਹੜੀ ਆ ਉਹ ਲੇਟ ਉੱਠੀ ਆ, ਡੋਜ਼ ਵੱਧ ਹੋ ਜਾਂਦੀ ਤਾਂ ਵੈਸੇ BP ਡਾਊਨ ਹੋ ਜਾਣਾ ਸੀ, ਜਾਂ ਕੋਈ ਹੋਰ ਪ੍ਰੋਬਲਮ ਆਉਣੀ ਸੀ, ਵੈਸੇ ਵੀ ਮੌਤ ਹੋ ਸਕਦੀ ਸੀ। ਹੁਣ ਮਾਰ ਵੀ ਦਰ ਸਕਦੇ ਸੀ ਕਿ ਉਹ ਕਿਹੜੇ ਇੱਕ ਤੋਂ ਹੋਣੇ, ਚਾਰ ਪੰਜ ਤੋਂ ਹੋਣੇ ਹੀ ਹੈ, ਹਥਿਆਰ ਤਾਂ ਕੋਲ ਹੋਣੇ ਆ, ਹਥਿਆਰ ਗੱਡੀ ਪਤਾ ਬੜੇ ਟਾਇਰਾਂ ਦੀ ਹੈ, ਮੋਟੀ ਗੱਡੀ ਦੇ ਟਾਇਰ ਵੀ ਲੱਗੇ ਆ, ਕਿਉਂਕਿ ਛੋਟੀ ਗੱਡੀ ਦੇ ਉੱਤੇ ਟਾਇਰ ਵੀ ਨਹੀਂ ਲੱਗੇ ਆ, ਬੜੀ ਗੱਡੀਆਂ ਦੇ ਲੱਗੇ ਟਾਇਰ। ਇੱਕ ਬੰਦੇ ਦਾ ਵੀ ਕੰਮ ਨਹੀਂ ਹੈ, ਬੰਦੇ ਵੀ 3-4 ਜਾਣੇ ਹੋਣੇ ਘੱਟੋ ਘੱਟ, ਘੱਟੋ ਘੱਟ 4-5 ਤੋਂ ਬੰਦੇ ਹੈਗੇ ਆ, ਕਿਉਂਕਿ ਇੱਕ 4 ਬੰਦਿਆਂ ਦਾ ਵੀ ਕੰਮ ਹੈ ਨਹੀਂ, 1-2 ਬੰਦੇ ਅੰਦਰ ਵੀ ਹੋਣੇ, ਕੰਧਾਂ ਟਪਾਈਆਂ ਬੱਕਰੀਆਂ ਨੂੰ। ਅੱਛਾ, ਬੱਕਰੀਆਂ ਨੂੰ ਕੰਧਾਂ ਟਪਾਈਆਂ? ਕੰਧਾਂ ਟਪਾਈਆਂ ਜੀ। ਓਕੇ,
ਤਿੰਨ ਵਜੇ ਅੱਖ ਖੁੱਲੀ ਸਾਡੀ ਹੱਕਾਂ ਮਾਰੀਆਂ ਸੀ ਇੱਕ ਦੋ ਨੂੰ ਪਰ ਕੋਈ ਉੱਠਿਆ ਨਹੀਂ ਕਿੰਨੇ ਵਜੇ ਹੱਕਾਂ ਮਾਰੀਆਂ ਅਸੀਂ ਤਿੰਨ ਵਜੇ ਜੀ ਤਿੰਨ ਵਜੇ ਤੁਹਾਡੀ ਅੱਖ ਖੁੱਲੀ ਹਾਂ ਤਿੰਨ ਵਜੇ ਅੱਖ ਖੁੱਲੀ ਸਾਡੀ ਹੱਕਾਂ ਮਾਰੀਆਂ ਸਾਰਿਆਂ ਨੂੰ ਬਾ
कोई गया भी है नहीं साढ़े पिंड वालू इधर पुलिस के सानू कहती असं चेक करना सानू लेके नहीं आती पुलिस नाड़ जे पुलिस नाड़ लेके जाऊगी ता ही तो चेक होने पुलिस आई दोबारा नहीं आई एक बार आई पुलिस फिर पुलिस ने की किया वो कहते असं चेक करते हैं किसी तो कोई शक शक तो है नहीं पर जो कैमरे च आए वो बंदे तो पढ़ने चाहिए ही है जो कैमरे च रात 2 बजे 2:15 बजे की करते घूमते हो सही है जोड़े कैमरिया मेरी चोरी 12 तो 3 की गेट से हुई है जोड़े कैमरिया बंदे आए हैं वो तो पुलिस चकने चाहिए ही है शनिवार रात में चोरी हुई है हाँ जी नहीं शुक्रवार शाम शनिवार सवेरे शुक्रवार रात की चोरी हुई हाँ जी हाँ जी फिर तुम कोई होर भी काम करते हो मैं सब्जी का ही काम है मेरा बस सब्जी वेचण दा हाँ जी हाँ जी बकरियां जिम्मे गुरी दसदा 35,000 की एक है कोई 35,000 की भी है कोई 40 की भी है कोई 20,000 की भी है कोई 30,000 की भी है बिच सारिया है वो 3 छिलारू है ये बेचते कितने जो चोर चोरी करके लेके जाते वो तो फिर पुलिस वाले भी पता होगा पेट्रोलिंग नहीं होती पीसर वाले कीड़ा मारते नहीं कदे भी नहीं जिवें हुण ये आराम गल कर रहे कहिंदा कि कदे नाका लांदे जब्बू वाले मोड़ ते अगर जी तुहानू तां वड्डा तजर्बा है जिवें हुण इहदा तां दिल दुखिया होया असीं समझ सकदे इहदा नुकसान हो जावे इक तां हड़ां दी मार है जिवें हुण ये सब्जी भी वेचदा दिहाड़ी नहीं बंदे दी प्रॉपर लगदी ठीक है ना ये जिहड़ी हड़ां की मार पई उन्हें इन्नी आर्थिक मंदहाली हो गई है कि आम बंदे लक टुट गया आम बंदे का बहुत नुकसान हो गया भरपाई होनी बहुत औखी है उत्तों जब इस तरीके किसी ना भाणा वापरदा कि उहदा सरमाया ही लुट हो जाए और जिवें दसदा कि इहदी वाइफ भी उठ नहीं रही सी खुदा ना खासता जो जिहड़ी डोज दे के जे वध हो जाती तो परिवार का जी किते चले जाता यह हालात किधर नू जा रहे कलू इन्ना होया कलू पिंड किसी होर ना हो सकता सर जी ये तो 4 कुड़ियां छोटी छोटिया ही इहदे काका कोई नहीं हैगा मुंडा ये सिर्फ सब्जी बेच के गुजारा करदा इहदी वाइफ आ वो भी घर बेचारी बच्चों का माड़ा मोटा पालन पोषण करदी आ इन्होंने इन्होंने बहुत धक्का हो गया बहुत जानी ये सुनवाई होनी चाहिए मेरे हिसाब से तो भी ये बेचारे का FIR दर्ज होने चाहिए यार वे देखो माड़े अंसरां नूं भी शर्म आनी चाहिए है तुसी सिर्फ अपने 2 मिनट के इंजॉयमेंट लई माड़े अंसर उन्हां बकरियां नूं बेच के ज़्यादातर जिहड़े माड़े अंसर है नशा ही करते आए दी अखां च देख लो तुहानूं शर्म आनी चाहिए है और फिर थोड़े अर्ग ही कहिंदे कि साडे नाल दा ओवर डोज ना मर गया तो इदां दी बदुआ लगती है जदों तुसी इदां किसी गरीब ना करनी बापू जी की गल सुनो मेरी तो हसण वाली गल नहीं है मेरी तो बेनती है भी FIR दर्ज होने चाहिए बेचारे नूं इंसाफ मिलना चाहिए दे तां कि इहदा जिहड़ा माड़ा मोटा जिहड़ी इहदी भरपाई हो सके इहदा जिहड़ा हौसला बन जाए बापू जी अगे तो इदां ना होवे उहदे लई पिंड पद्धर ते की कर रहे हैं क्योंकि कारण यह है कि जे हुण गुआंढियां दी लड़ाई हो रही है इट्टा रोड़े चल रहे तो मतलब यह नहीं कि इट रोड़ा साढ़े घर नहीं आना वो साढ़े भी आके डिगना तो हम पिंड पद्धर से की कर रहे हैं पिंड पद्धर से तो मैं तो यह कहूँगा भी जी पुलिस उन्होंने पेट्रोलिंग करनी चाहिए आ तो बाकी असं सरपंच ने गलबात करके उन्होंने कहेंगे भी भाई नट्ठी करी पैरा लाओ या कुछ ना कुछ यदा उपराला होर करो जी जिवें बापू जी पता गल शहर भी मोटरसाइकिल बड़े चक होंगे हूँ बकरियों का नवा मामला सामने आ गया ये नत्थ तो मेरे ख्याल उन्होंने भी पैनी चाहिए है जो हम स्नैचिंग होंगी है जेडे लोग समान खरीदते हैं हूँ बकरियां अक्सर कि बेचिया जा मोटरसाइकिल भी बेचे जाते हैं बालियां भी बेचिया जा नत्थ पानी चाहिए जे खरीदते उपर तो लैके थले तक नत्थ पैनी ही चाहिए है जी लोगों का गिला एक भी आ जिवें हुण गल हो गई कि उन्होंने तो सब दींदा साडा कैमरा तो टैंपरेरी आ 5-10 मिनट बाद बंद हो जाना वह तो चली जाता होर किसी ने नहीं देखा कौन लैके गया उन्हें तो देखा आ ये कदों सामने आऊंगे फिर ये तो देखो जी जे तो प्रशासन की करना इन्होंने घूम फिर के 2-4 दिन चाहिए असं करते हैं कराने मगरों ये गल ठप चंद हो जानी होंगी भी आ सच वा मेरे नाम मुंडा कुछ नहीं जा तो असं DC साहब न विरासत कर सकते हैं चलो बाकी बाकिया लोगों में एक सुचेत हो जाए बाकी लोग क्योंकि चिंता का विषय है कल किसी होर ना होगी हर वे डर रहा जी असं खेतों में जाने डरते हैं
ਮੋਟਰਾਂ 'ਤੇ ਜਾਣ ਨੂੰ ਡਰਦੇ ਹਾਂ ਵੀ ਸਾਨੂੰ ਜਾਂਦੇ ਲੋਕ ਕਮ ਸੇ ਕਮ ਮੋਬਾਈਲ ਤਾਂ ਕੋਲ ਲੈ ਕੇ ਜਾਵਾਂਗੇ ਜੀ, ਨਾਲੇ ਚਿਬੜਾ ਖਾਵਾਂਗੇ ਨਾਲੇ ਮੋਬਾਈਲ। ਅੱਛਾ ਇੱਕ ਗੱਲ ਹੋਰ ਹੈ, ਜਿਹਦੇ ਕੋਲ ਸਮਾਨ ਨਹੀਂ ਨਿਕਲਦਾ ਉਹਨੂੰ ਜ਼ਿਆਦਾ ਕੁੱਟਦੇ ਆ, ਕਹਿੰਦੇ ਤਾਂ ਸਾਡੀ ਮਿਹਨਤ ਖਰਾਬ ਕਰਦੀ। ਅਸੀਂ ਘਰਦਿਆਂ ਨੂੰ ਵਾਰ ਵਾਰ ਕਹੀਦਾ ਜੇ ਤੁਸੀਂ ਖੇਤਾਂ ਨੂੰ ਜ਼ਿਆਦਾ ਨੂੰ ਜਾਂਦੇ ਸਾਨੂੰ ਵਾਰ ਵਾਰ ਫੋਨ ਕਰ ਲਿਆ ਕਰੋ ਵੀ ਕਿੱਥੇ ਆ, ਹੋ ਸਕਦਾ। ਮੈਂ ਤਾਂ ਬੇਨਤੀ ਕਰਦਾ ਵੀ ਜੋ ਵਾਰਦਾਤ ਇਹਨਾਂ ਹੋਈ ਹੈ ਇਹਨੂੰ ਇਨਸਾਫ ਮਿਲਣਾ ਚਾਹੀਦਾ। ਮਾੜਾ ਵਾਕਿਆ ਜੋ ਵਾਕਿਆ ਹੋ ਗਿਆ ਇਹਦਾ ਜਿਹੜਾ ਆ ਪ੍ਰਭਾਈ ਹੋ ਜਾਵੇ, ਇਹਦਾ ਸੁਣਾਈ ਜ਼ਰੂਰ ਹੋਣੀ ਚਾਹੀਦੀ। ਮੰਨ ਲਾ ਕੇ ਤੁਸੀਂ ਕਹਿੰਦੇ ਮੋਟਰਸਾਈਕਲ ਚੱਕ ਹੁੰਦੇ ਆ, ਕਿਉਂਕਿ ਜਦੋਂ ਮੋਟਰਸਾਈਕਲ ਚੱਕ ਉਹਨਾਂ ਨੂੰ ਪਤਾ ਜੀ ਆਰਸੀ ਹੈ ਨਹੀਂ, ਚੋਰ ਫਿਰ ਵੇਚਦੇ ਵੀ ਚੋਰਾਂ ਨੂੰ ਹੀ ਹੈ। ਹਾਂ ਵੇਚਦੇ ਵੱਡੇ ਚੋਰ ਆ, ਉਹਨਾਂ ਨੂੰ ਵੀ ਪਤਾ ਸਾਰੇ ਆ, ਉਹਨਾਂ ਨੂੰ ਪਤਾ ਉਹਨਾਂ ਨੇ ਉਹੀ ਉਹ ਜਿਹੜੀ ਚੀਜ਼ ਲੈਣੀ ਆ ਉਹੀ ਕੰਮ ਉਹਨਾਂ ਨੇ ਇਹ ਕੰਮ ਨੂੰ ਕਰਨੇ ਆ। ਅਰੇ ਬਾਪੂ ਜੀ ਗੁਰੀ ਦੀ ਗੱਲ ਤੱਕ ਮੈਨੂੰ ਗੱਲ ਯਾਦ ਆਈ, ਹੁਣ ਇਹਦੀ 35,000 40,000 ਜਾਂ 20,000 ਦੀ ਬੱਕਰੀ ਆ, ਕੌਡੀਆਂ ਦੇ ਭਾਅ ਵੇਚਣੀ ਉਹਨਾਂ ਨੇ ਜ਼ੀਰੋ ਕਰਕੇ ਉਹ ਵੇਚਣੀ ਆ, 8 ਬੱਕਰੀਆਂ 8-10,000 ਚ ਵੇਚ ਦੇਣੀਆਂ, ਵਿਕ ਗਈਆਂ ਹੋਣੀਆਂ, ਔਰ ਇਹਦਾ ਕਿੱਡਾ ਨੁਕਸਾਨ ਹੈ ਦੇਖੋ। ਮੈਂ ਜਦੋਂ ਗੱਲ ਕਰਦਾ ਤਾਂ ਫਿਰ ਗੱਚ ਭਰ ਜਾਂਦਾ, ਔਰ ਜਿਵੇਂ ਤੁਸੀਂ ਦੱਸਦੇ ਕਿ 4 ਬੱਚੀਆਂ ਹੀ ਆ, ਹੈ ਨਾ, ਦੇਖੋ ਇਨਸਾਨੀਅਤ ਨਾਤੇ ਮੈਨੂੰ ਦਰਦ ਮਹਿਸੂਸ ਹੋ ਰਿਹਾ। ਇੱਕ ਹੋਰ ਗੱਲ ਸਰ ਜੀ, ਇਹ ਤਾਂ ਅੱਜ ਕੋ ਮੇਰਾ ਖਿਆਲ ਮਹੀਨਾ ਕੁ ਪਹਿਲਾਂ ਇੱਕ ਗੱਡੀ ਦੇ ਹੇਠਾਂ ਇਹਦੀ ਬੱਕਰੀ ਆ ਗਈ ਘਰ ਦੇ ਮੋਹਰੀ, ਉਹ ਦੀਪੇ ਨੇ ਇਹਨਾਂ ਫੈਸਲਾ ਕਰਾ ਤਾ 1,000 ਰੁਪਏ ਦੀ, ਖਰੇ ਕਿੰਨਾ, 4,500 ਇਹਨੂੰ ਦਵਾ ਤਾ ਬੱਕਰੀ ਦਾ। ਇਹ ਉਸ ਇਹ ਹਜੇ ਮਹੀਨਾ ਕੁ ਹੋਇਆ ਉਹਨਾਂ ਵਾਕਿਆ, ਉਹ ਤਾਂ ਚਲੋ ਟਲ ਗਿਆ ਦੁਆਰਾ, ਹਾਂ ਉਹ ਤਾਂ ਮਗਰੇ ਆ ਹੋ ਗਿਆ ਥੋੜ੍ਹੀ ਦੇਰ ਪਹਿਲਾਂ ਜੀ, ਕਿਉਂਕਿ ਦੇਖੋ ਇਹ ਜਿਹੜੇ ਮਾੜੇ ਅੰਸਰ ਬੱਕਰੀਆਂ ਲੈ ਕੇ ਜਾਂਦੇ ਐਕਟਿਵ ਹੈ, ਮਹੀਨਾ ਡੇਢ ਮਹੀਨਾ ਪਹਿਲਾਂ ਮੋਹਾਲੋ ਵੀ ਇਹ ਵਾਕਿਆ ਹੋਇਆ ਸੀਗਾ, ਅਤੇ ਉਹਨਾਂ ਨੂੰ ਵੀ ਹਾਲੇ ਤੱਕ ਮੈਨੂੰ ਲੱਗਦਾ ਕੋਈ ਇਨਸਾਫ ਨਹੀਂ ਮਿਲਿਆ। ਇਹ ਇਨਸਾਫ ਜਦ ਤੱਕ ਕਿਸੇ ਇੱਕ ਨੂੰ ਨਹੀਂ ਮਿਲਦਾ, ਗਰੋਹ ਨਹੀਂ ਪਕੜਿਆ ਜਾਂਦਾ, ਫਿਰ ਆਉਣ ਵਾਲੇ ਲੋਕ ਵੀ ਇਹਨਾਂ ਨਸ਼ੇੜੀਆਂ ਦੇ ਮਾੜੇ ਅੰਸਰਾਂ ਦੀ ਰਡਾਰ 'ਤੇ ਹੀ ਆ। ਜੋ ਪਿੰਡ ਵਾਲੇ ਨੇ ਕਿਹਾ ਇਹ ਚਿੰਤਾ ਦਾ ਵਿਸ਼ਾ, ਅੱਜ ਇਹਦੇ ਨਾਲ ਹੋਇਆ ਕੱਲ੍ਹ ਨੂੰ ਕਿਸੇ ਹੋਰ ਨਾਲ ਹੋ ਸਕਦਾ, ਪਰ ਸਭ ਤੋਂ ਵੱਧ ਸ਼ਰਮ ਉਹਨਾਂ ਨੂੰ ਆਉਣੀ ਚਾਹੀਦੀ ਜਿਹੜੇ ਕੌਡੀਆਂ ਦੇ ਭਾਅ ਕਿਸੇ ਤੋਂ ਮੋਟਰਸਾਈਕਲ ਖਰੀਦ ਲੈਂਦੇ ਆ, ਕਿਸੇ ਤੋਂ ਬਾਲੀਆਂ ਖਰੀਦ ਲੈਂਦੇ ਆ। ਹੁਣ ਜਿਵੇਂ ਆਹ ਵੀਰ ਆ, ਇਹਦੀਆਂ ਬੱਕਰੀਆਂ 8 ਜਿਹਨੇ ਖਰੀਦਣੀਆਂ, ਸਭ ਤੋਂ ਵੱਡੀ ਲਾਹਨਤ ਉਹਨੂੰ ਆ, ਉਹ ਇਸ ਜਹਾਨ ਦਾ ਕੋਹੜੀ ਆ, ਕਿਉਂਕਿ ਉਹ ਇਸ ਇਨਸਾਨ ਦਾ ਜਿਹੜਾ ਗਰੀਬ ਰਾਮ ਆ, ਇਹਦੇ ਪਰਿਵਾਰ ਦਾ ਜੋ ਸਰਮਾਇਆ ਆ ਉਹਨੇ ਕੌਡੀਆਂ ਦੇ ਭਾਅ ਲੈ ਲੈਣਾ। ਬੱਕਰੀਆਂ ਤੋਂ ਜਿਹੜਾ ਅਰਨਿੰਗ ਹੋਣੀ ਸੀਗੀ, ਜਿਹੜੇ ਦੁੱਧ ਦੇ ਪੈਸੇ ਕਮਾਉਣੇ ਸੀਗੇ, ਉਹ ਇਹਦੇ ਬੱਚਿਆਂ ਦੀ ਸਕੂਲ ਦੀ ਫੀਸ ਜਾਣੀ ਸੀਗੀ, ਵਰਦੀਆਂ ਆਉਣੀਆਂ ਸੀ, ਬਹੁਤ ਸਾਰਾ ਸਮਾਨ ਆਉਣਾ ਸੀ, ਉਹ ਸਾਰਾ ਉਸ ਮਾੜੇ ਅੰਸਰ ਨੇ ਬਹੁਤ ਕੌਡੀਆਂ ਦੇ ਭਾਅ ਖਰੀਦ ਲੈਣਾ, ਤਾਂ ਵੱਡਾ ਦੋਸ਼ੀ ਉਹ ਵੀ ਹੈ। ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਇਹਦੀ ਸਾਰ ਲਏਗਾ ਔਰ ਜਿਹੜੇ ਮਾੜੇ ਅੰਸਰ ਫੜੇ ਜਾਣਗੇ, ਜਿਵੇਂ ਰਾਮ ਨੇ ਕਿਹਾ ਕਿ ਬਾਕੀ ਕੈਮਰੇ ਵੀ ਚੈੱਕ ਕਰਨੇ ਬਹੁਤ ਜ਼ਰੂਰੀ ਹੈ, ਤਾਂ ਕਿ ਸਾਨੂੰ ਪਤਾ ਤਾਂ ਲੱਗੇ ਗੱਡੀ ਆਈ ਕਿੱਧਰੋਂ ਅਤੇ ਗਈ ਕਿੱਧਰੋਂ, ਜੇ ਉਹ ਪਤਾ ਲੱਗ ਗਿਆ ਉਹ ਕਿਉਂ ਹੱਥ 'ਚ ਆ ਗਿਆ, ਤਾਂ ਮੈਨੂੰ ਉਮੀਦ ਹੈ ਪੁਲਿਸ ਬਹੁਤ ਜਲਦੀ ਜੇ ਸਹੀ ਯਤਨ ਕੀਤੇ ਜਾਣ ਤਾਂ ਮਾੜੇ ਅੰਸਰ ਤੱਕ ਪਹੁੰਚ ਜਾਏਗੀ। ਬਣੇ ਰਹਿਣਾ ਵਿਪਤੀ ਨਵਾਂ ਸ਼ਹਿਰ ਆਪਣੀ ਛੋਟੀ ਵਿਧ ਨਹੀਂ ਸੂਰੀ ਕੈਮਰਾ ਪਰਸਨ ਵਿੱਚ ਉਹਨਾਂ ਜਸ ਤੋਂ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ, ਰੱਬ ਰਾਖਾ।